ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ ਕਿਦਰ ਸਾਹਿਬ ਬਹੁ ਬਹੁ ਸਵਾਗਤ ਹੈ ਅ ਵੈਰੀ ਵੈਰੀ ਗੁੱਡ ਮਾਰਨਿੰਗ ਤੁਹਾਡੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵਾਲੇ ਗੁੱਡ ਇਵਨਿੰਗ ਆ ਅਰਸ ਜੀ ਧੰਨਵਾਦ ਸ਼ੁਕਰੀਆ ਨਾਲ ਜੋੜਨ ਲਈ ਕੀ ਹਾਲ ਚਾਲ ਠੀਕ ਠਾਕ ਹੋ ਆ ਬਿਲਕੁਲ ਫਟ ਫਟ ਕੰਮ ਹੈ ਸਾਰਾ ਕੁਝ ਅਰਸ ਜੀ ਤੁਸੀਂ ਸੁਣਾਓ ਠੀਕ ਹੋ ਵਾਏ ਹਾ ਕੀ ਬਾਤ ਅੱਜ ਤਾਂ ਬੜੇ ਛਾਏ ਹੋਏ ਹੋ ਕਿਦਰ ਸਾਹਿਬ ਟਾਈ ਲੱਗਦਾ ਕਦੇ ਵਿਆਹ ਵੀ ਚੱਲਦੇ ਉਹ ਲੱਗਦਾ ਸ਼ੋਹਤ ਬਾਦ ਉਹ ਐ ਸ਼ੋਹ ਹੀ ਕਰਨਾ ਸ਼ੋਹ ਕਰ ਅੱਜ ਕਾਈ ਨਾਲ ਜੀ ਕਰਕੇ ਮੈਂ ਕਿਹਾ ਟਾਈ ਲਾ ਲਈ ਅੱਜ ਅਰਸ਼ ਜੀ ਨਾਲ ਬਹਿ ਜੀਏ ਦੋ ਕਿ ਕੀ ਬਾਤ ਕੀ ਬਾਤ ਤੇ ਅੱਜ ਤੁਸੀਂ ਛਾ ਗਏ ਹੋ ਅੱਜ ਅਸੀਂ ਫਿੱਕੇ ਲੱਗ ਰਿਹਾ ਤੁਸੀਂ ਛਾ ਗਏ ਹੋ ਅੱਲਾ ਉਹ ਅਰਸ਼ ਦਾ ਫਿੱਕਾ ਨਹੀਂ ਹੋ ਸਕਦਾ ਅੰਡਾ ਅਰਸ਼ ਦਾ ਬੱਚਾ ਫਿੱਕਾ ਨਹੀਂ ਹੋ ਸਕਦਾ ਕਦੇ ਵੀ ਉਹਦੇ ਮੇਚ ਦੇ ਬਹੁਤ ਬਹੁਤ ਹਨੀ ਬਹੁਤ ਵਧੀਆ ਲੱਗ ਰਿਹਾ ਤੁਸੀਂ ਤੁਸੀਂ ਮੈਂ ਸੱਚੀ ਕਹਿੰਦਾ ਕਿ ਅੱਜ ਤੁਸੀਂ ਅਗਰ ਅਕੀਲਾ ਸਾਹਿਬ ਨੂੰ ਟੈਲੀਵਿਜ਼ਨ ਤੇ ਦੇਖਣਾ ਚਾਹੁੰਦੇ ਨਾ ਤਾਂ ਰੰਗਲਾ ਪੰਜਾਬ ਦੇ ਫੇਸਬੁੱਕ YouTube ਦੇ ਪੇਜ ਤੇ ਜਾਓ ਦੇਖੋ ਜੀ ਅੱਜ ਪਟਿਆਲਾ ਸ਼ਾਹੀ ਆਏ ਹਾਏ ਹਾਏ ਪਟਿਆਲੇ ਸ਼ਹਿਰ ਦੇ ਲੋਕ ਬੜੇ ਖੂਬਸੂਰਤ ਹੁੰਦੇ ਨੇ ਤਾਂ ਬੜਾ ਪਟਿਆਲਾ ਸ਼ਾਹੀ ਪੱਗ ਪਟਿਆਲਾ ਸ਼ਾਹੀ ਥਲਵਾਰ ਪਟਿਆਲਾ ਸ਼ਾਹੀ ਜੁੱਤੀ ਆਏ ਹਾਏ ਪਟਿਆਲਾ ਪੈਗ ਆਹ ਪੈਗ ਪੈਗ ਬੜਾ ਮਸ਼ਹੂਰ ਹੈ ਜੀ ਸਾਡੇ ਮਹਾਰਾਜਾ ਦਾ ਪਟਿਆਲਾ ਸ਼ਹਿਰ ਆ ਜੀ ਮਹਾਰਾਜਾ ਦਾ ਇੱਥੇ ਤਾਂ ਤੁਸੀਂ ਆਓ ਪਟਿਆਲਾ ਕਹੇ ਤੁਹਾਨੂੰ ਦਿਖਾਈਏ ਆਏ ਹੈ ਨਹੀਂ ਪਟਿਆਲਾ ਪ੍ਰਾਸਤ ਪਟਿਆਲੇ ਦਾ ਕਿਲਾ ਪਟਿਆਲੇ ਦਾ ਮੋਤੀ ਮਹਿਲ ਪਟਿਆਲੇ ਦਾ ਸੀਸ ਮਹਿਲ ਪਟਿਆਲੇ ਦਾ ਕਿਲੇ ਕੀ ਬਾਤ ਹੈ ਪਟਿਆਲਾ ਦਾ ਇੰਟਰਸਟਿੰਗ चीज ਹੈ ਜੀ ਬਿਲਕੁਲ 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 ਜੀ ਸੋ ਆਓ ਫਿਰ ਹੁਣ ਗੱਲਬਾਤ ਕਰਦੇ ਆ ਕੀਦਰ ਸਾਹਿਬ ਦੇ ਨਾਲ ਤੁਸੀਂ ਵੀ ਕੋਈ ਵੀ ਗੱਲਬਾਤ ਔਨ ਦੀ ਏਅਰ ਕਰਨਾ ਚਾਹੁੰਦੇ ਹੋ ਕੀਦਰ ਸਾਹਿਬ ਦੇ ਨਾਲ ਤਾਂ 905 813 1320 ਅਮਰੀਕਨ ਸਟਾਕ ਐਕਸਚੇਂਜ ਡਾਊਨ ਜੀਨਸ ਨੇ ਅਡਾਨੀ ਐਂਟਰਪ੍ਰਾਈਜ਼ਸ ਨੂੰ ਸਸਟੇਨੇਬਿਲਿਟੀ ਇੰਡੈਕਸ ਚੋਂ ਬਾਹਰ ਕੀਤਾ ਕੀ ਕਹਿਣਾ ਚਾਹੋਗੇ ਅਕੀਦਾ ਸਾਹਿਬ ਬੜੇ ਵੱਡੇ ਪੱਧਰ ਤੇ ਡਾਊਨ ਇੱਕ ਲੱਖ ਦੇਖੋ ਬੜੀ ਵੱਡੀ ਇੱਕ ਕੰਪਨੀ ਹੈ ਜਿਹੜਾ ਨਾ ਇਹ ਜੀ ਜੀ ਬਿਲਕੁਲ ਸਾਡੇ ਇਥੇ ਜਿਹੜਾ ਨਾ ਡਾਊਨ ਜੌਨਸ ਹੈਗਾ ਨਾ ਜੀ ਇਹ ਬੜੀ ਵੱਡੀ ਸੰਸਥਾ ਹੈਗੀ ਆ ਤੇ ਇਹਨੇ ਆਪਣੀ ਲਿਸਟ ਚੋਂ ਬਾਹਰ ਕਰ ਦੇਣਾ ਇਹ ਅ ਅਡਾਨੀ ਬੱਸ ਤਾਂ ਬੱਸ ਤਾਂ ਪੱਛਮੀ ਜਿਹੜਾ ਬੰਗਲਾਦੇਸ਼ ਆ ਉਸ ਨੇ ਵੀ ਜਿਹੜਾ ਬਿਜਲੀ ਸੌਝੋਤਾ ਕੀਤਾ ਰਾਂਝੇ ਨਾਲ ਉਹ ਵੀ ਜਵਾਬ ਮੰਗ ਲਿਆ ਆਖੇ ਤੁਸੀਂ ਸਾਨੂੰ ਸਪਸ਼ਟ ਕਰੋ ਵੀ ਤੁਸੀਂ ਬਿਜਲੀ ਸੌਝੋਤਾ ਪੂਰਾ ਕਰੋ ਨਹੀਂ ਕਰੋਗੇ 25 ਸਾਲ ਦਾ ਸੌਝੋਤਾ ਹੈ 1100 ਮੈਗਾਵਾਟ ਦਾ ਤੇ ਉਹ ਵੀ ਉਹਨਾਂ ਨੇ ਰੱਦ ਕਰਨ ਦੀ ਗੱਲ ਕੀਤੀ ਤੇ ਜਵਾਬ ਮੰਗਿਆ ਅਸਲ ਚ ਰੱਦ ਕਰਨ ਦੀ ਗੱਲ ਨਹੀਂ ਹੋਈ ਅਜੇ ਜਵਾਬ ਮੰਗਿਆ 35% ਤੱਕ ਸ਼ੇਅਰ ਗਿਰ ਗਏ ਸੀਗੇ ਇਸ ਦੇ ਬਾਹਰ ਹੋਣ ਤੋਂ ਬਾਅਦ ਅਤੇ ਜਦੋਂ ਇਹ ਵਾਰ 35% ਤੱਕ ਹੇਠਾਂ ਗਿਰ ਗਏ ਲੋਕ ਸਭਾ ਦੇ ਵਿੱਚ ਬੜੇ ਵੱਡੇ ਪੱਤਰ ਤੇ ਗੱਮਾ ਦੋਵੇਂ ਸੰਦਰਾ ਵਿੱਚ ਹੋਇਆ ਰਾਜ ਸਭਾ ਵਿੱਚ ਵੀ ਲੋਕ ਸਵਤਿਵਜੀ ਬੜਾ ਵੱਡਾ ਹਗਾਮਾ ਹੋਇਆ ਤੇ ਕਿਹਾ ਜਾ ਰਿਹਾ ਕਿ ਵਿਸ਼ੇਸ਼ ਕਮੇਟੀ ਤੋਂ ਇਸ ਮੁੱਦੇ ਦੀ ਜਾਂਚ ਕਰਾਓ ਬੇਸ਼ੱਕ ਭਾਜਪਾ ਇਹ ਗੱਲ ਕਹਿ ਰਹੀ ਆ ਕਿ ਸਾਡਾ ਅਡਾਨੀ ਨਾਲ ਸਰਕਾਰ ਦਾ ਕੋਈ ਸੰਬੰਧ ਨਹੀਂ ਹੈਗਾ ਮਤਲਬ ਕਿ ਇਹ ਕਿੱਦਾਂ ਹੋ ਸਕਦਾ ਕਿ ਸੰਬੰਧ ਨਾ ਹੋਵੇ ਸਰਕਾਰ ਦਾ ਸਰਕਾਰ ਤਾਂ ਉਹਨੂੰ ਬਣਾਈ ਜਾਂਦੀ ਆ ਹੀਰੋ ਭਾਰਤ ਦਾ ਅਡਾਨੀ 에어ਪੋਰਟ ਅਡਾਨੀ ਪੋਰਟ ਅਡਾਨੀ ਬੰਦਰਗਾਹ ਅਡਾਨੀ ਤੁਸੀਂ ਹੈਰਾਨੇ ਹੈਰਾਨ ਨਹੀਂ ਹੋਮਗੇ ਕਿ ਅ ਅਦਾਨੀ ਅੱਜਕੱਲ ਘੀ ਬੜਾ ਵੇਚ ਰਿਹਾ ਅੱਜਕੱਲ ਖਾਦ ਪਦਾਰਥ ਬੜਾ ਵੇਚ ਰਿਹਾ ਅਦਾਨੀ ਅੱਜਕੱਲ ਸੇਬ ਸਮਰਕੇ ਜੰਮੂ ਕਸ਼ਮੀਰ ਦੇ ਸੇਬ ਟਰੱਕ ਰੋਕਲੇ ਸੀਗੇ ਕਿਉਂਕਿ ਅਦਾਨੀ ਦੇ ਸੇਬ ਬਚਨੇ ਸੀਗੇ ਸੇਬ ਬਚਨੇ ਸੀ ਅਦਾਨੀ ਦੇ ਜੰਮੂ ਕਸ਼ਮੀਰ ਦੇ ਸੇਬ ਹੀ ਵਾਪਸ ਉੱਥੇ ਰੋਕਲੇ ਬਚਰਾਂ ਦੇ ਕਰੀਬਾਂ ਦੇ 1800 ਕਰੋੜ ਦਾ ਘਾਟਾ ਪਾਇਆ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਸੇਬ ਸੇਬ ਧਾਰਕਾਂ ਨੂੰ ਅਦਾਨੀ ਕਰਕੇ ਅਦਾਨੀ ਨੂੰ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਸਰਕਾਰ ਦਾ Banda ਨਹੀਂ ਹੈਗਾ ਹੂੰ ਕੱਲ ਜਿਹੜੀ ਵੱਡੇ ਪੱਧਰ ਤੇ ਹੋਇਆ ਜੀ ਕੱਲ ਇਹ ਲੋਕ ਸਭਾ ਦੇ ਵਿੱਚ ਹਗਾਮਾ ਹੋਇਆ ਤੇ ਫੈਸਲਾ ਵੀ ਕੱਲ 13 ਸਿਆਸੀ ਪਾਰਟੀਆਂ ਨੇ ਆਮਾਦੀਪਾਰਟੀ ਕਾਂਗਸ ਪਾਰਟੀ ਟੀਐਮਸ ਪਾਰਟੀਆਂ ਖੱਬੇ ਪੱਖੀਆਂ ਨੇ 13 ਪਾਰਟੀਆਂ ਨੇ ਫੈਸਲਾ ਕੀਤਾ ਕਿ 6 ਫਰਵਰੀ ਨੂੰ LIC ਜੀਵਨ ਬੀਮਾ ਕੰਪਨੀ ਹੈਗੀ ਆ ਤੇ ਸਟੇਟ ਬੈਂਕ ਆਫ ਇੰਡੀਆ SBI ਇਹਨਾਂ ਦੇ ਬਾਹਰ ਬੈਂਕਾਂ ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ 6 ਫਰਵਰੀ ਨੂੰ ਕਾਰਨ ਕਾਰਨ ਇਹ ਆ ਕਿ ਸਟੇਟ ਬੈਂਕ ਆਫ ਇੰਡੀਆ ਦਾ 21.38 ਹਜ਼ਾਰ ਕਰੋੜ ਰੁਪਇਆ ਲੱਗਿਆ ਹੋਇਆ ਅਦਾਨੀ ਦੀ ਕੰਪਨੀਆ ਦੇ ਵਿੱਚ ਵਰਕੀ 22.2 ਹਜ਼ਾਰ ਕਰੋੜ ਰੁਪਇਆ ਬੜੀ ਵੱਡੀ ਗੱਲ ਹੈ ਅਦਾਨੀ ਕੰਪਨੀ ਤੇ ਲੱਗਿਆ ਹੋਇਆ ਤੇ ਐਲਆਈਸੀ ਨੇ ਕਿਹਦਾ ਲਾਇਆ ਮੇਰੇ ਕੋਲ ਤਾਂ ਅੰਕੜਾ ਇਹ ਆਇਆ ਸੀਗਾ ਕਿ 30127 ਕਰੋੜ ਰੁਪਇਆ ਲੱਗਿਆ ਹੋਇਆ 30127 ਕਰੋੜ ਰੁਪਇਆ ਪਰ ਹੁਣੇ-ਹੁਣੇ ਇੱਕ ਖਬਰ ਆਈ ਹੈ ਉਹ ਚ ਇਹ ਆਇਆ ਕਿ 56700 ਕਰੋੜ ਰੁਪਇਆ ਲੱਗਿਆ ਹੋਇਆ LIC ਦਾ ਅਡਾਨੀ ਦੀਆਂ ਕੰਪਨੀਆਂ ਦੇ ਸਭ ਤੋਂ ਵੱਧ ਪੈਸਾ LIC ਨੇ ਲਾਇਆ ਉੱਥੇ ਤੇ ਜਿਹੜੀ ਕਿ 81 81000 ਦਾ ਜਿਹੜਾ ਉਹਦਾ ਲਾਭ ਸੀਗਾ ਘਟ ਕੇ ਆ ਪੰਜ ਛੇ ਦਿਨਾਂ ਵਿੱਚ LIC ਦਾ 43000 ਕਰੋੜ ਰਹਿ ਗਿਆ ਉਹ ਖਤਮ ਹੋ ਗਿਆ ਮਤਲਬ ਕਿ ਇਸ ਤਰੀਕੇ ਨਾਲ ਬੁਰੀ ਤਰ੍ਹਾਂ ਅਡਾਨੀ ਦਾ ਸਿਸਟਮ ਹੋ ਗਿਆ ਹੋਇਆ ਫਿਰ ਕੀ ਕੱਲ ਜਦੋਂ 35% ਤੱਕ ਸ਼ੇਅਰ ਗਿਰ ਗਏ ਥੋੜੀ ਜਿਹੀ ਰਾਹਤ ਹੀ ਮਿਲੀ ਆ ਮਿਸਟਰ ਅਡਾਨੀ ਨੂੰ ਜੀ ਕਿਉਂਕਿ ਦੋ ਆਲਮੀ ਪੱਧਰ ਦੀਆਂ ਕੰਪਨੀਆਂ ਦੋ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਰੇਟਿੰਗਸ ਤੇ ਐਸ ਐਂਡ ਪੀ ਰੇਟਿੰਗਸ ਇਹ ਇਹਨਾਂ ਕੰਪਨੀਆਂ ਨੇ ਇਹ ਕਿਹਾ ਕਿ ਮੋਦੀ ਮਰ ਨਹੀਂ ਰਿਹਾ ਠੀਕ ਹੈ ਨਾ ਅਡਾਨੀ ਮਰ ਨਹੀਂ ਰਿਹਾ ਠੀਕ ਹੈ ਤੇ ਉਹਦੀਆਂ ਕੰਪਨੀਆਂ ਡੁੱਬနေ ਰਹੀਆਂ ਉਹਨਾਂ ਨੇ ਇਹਨਾਂ ਦੇ ਪੱਖ ਵਿੱਚ ਮਤਲਬ ਕਿ ਰੇਟਿੰਗ ਏਜੰਸੀਆਂ ਤੇ ਫਰੈਂਚ ਪਾਈ ਵਾਲ ਵੱਲੋਂ ਅਡਾਨੀ ਦੀ ਹਮਾਇਤ ਕਰਨ ਤੋਂ ਬਾਅਦ ਜੀ ਸ਼ੇਅਰ ਜਿਹੜੇ 8 ਡਿਗਰੀ ਸੀਗੇ ਨਾ ਉਹ ਥੋੜੇ ਜਿਹਾ ਅਪ ਹੋਣੇ ਸ਼ੁਰੂ ਹੋਇਆ ਥੋੜਾ ਜਿਹਾ ਲਾਭ ਹੋਇਆ ਤੇ ਬੇਸ਼ੱਕ ਅਡਾਨੀ ਅ ਪਹਿਲਾਂ ਤਾਂ ਆਉਂਦਾ ਸੀਗਾ ਪੂਰੇ ਕਾਰਪੋਰੇਟ ਤਰੀਕੇ ਨਾਲ ਬੜਾ ਅੱਛਾ ਟਾਈ ਸ਼ਾਈ ਲਾ ਕੇ ਫਰਸਟ ਕਲਾਸ ਤੇ ਜਦੋਂ ਕੱਲ ਆਇਆ ਨਾ ਜੀ ਅਡਾਨੀ ਤਾਂ ਕੁੜਤੇ ਪਜਾਮੇ ਵਿੱਚ ਬਾਸਕਟ ਪਾ ਕੇ ਆਇਆ ਮੀਡੀਆ ਸਾਹਮਣੇ ਸਿੰਪਲ ਜਿਹਾ ਬਣ ਕੇ ਆਇਆ ਜਿਵੇਂ ਸਿੰਪਲ ਜਿਵੇਂ ਹੋਗਾ ਉਹਨੇ ਆ ਕੇ ਮੈਂ ਠੀਕ ਆ ਪਹਿਲਾਂ 403 ਪੰਨਿਆਂ ਦੀ ਰਿਪੋਰਟ ਦਿੱਤੀ ਹਿਡਨਬਰਗ ਦੇ ਜਵਾਬ ਦੇਣ ਵਾਸਤੇ 403 ਪੰਨਿਆਂ ਦੀ ਰਿਪੋਰਟ ਲੋਕਾਂ ਨੇ ਵਾਪਸ ਕਰਤੀ ਇਹ ਨਹੀਂ ਮੰਨੀ ਅਦਾਨੀ ਸਾਹਿਬ ਆਪ ਆ ਕੇ ਕੁੜਤਾ ਪਜਾਮਾ ਪਾ ਕੇ ਉਹ ਵੀ ਲੋਕਾਂ ਨੇ ਵਾਪਸ ਕਰਤਾ ਨਹੀਂ ਮੰਨਿਆ ਆ ਹੁਣ ਜਿਹੜੀਆਂ ਰੇਟਿੰਗ ਏਜੰਸੀਆਂ ਹੈਗੀਆਂ ਨੇ ਫ੍ਰੈਂਚ ਪਾਈਵਾਲ ਤੇ ਇਹਨਾਂ ਥੋੜਾ ਪੱਖ 'ਚ ਗੱਲ ਕਰਨ ਥੋੜਾ ਤੀਕੀਆ ਟੀਕੀਆ ਗੱਲ ਕੱਲ ਅਦਾਨੀ ਦੇ ਪੱਖ ਵਿੱਚ ਹਿਡਨਬਰਗ ਦੇ ਖਿਲਾਫ ਇੱਕ ਸੁਪਰੀਮ ਕੋਰਟ ਦੇ ਵਿੱਚ ਕੇਸ ਵੀ ਦਾਇਰ ਹੋ ਗਿਆ ਅਰਸ ਜੀ ਜੀ ਸਾਡੇ ਨਾਲ ਕਾਲ ਆਨੇ ਜੀ ਅਸੀਂ ਇਹਨਾਂ ਦੇ ਪਹਿਲੀ ਕਾਲ ਆਨ ਦੀ ਹੈ 905 813 1320 905 813 1320 ਪਹਿਲੀ ਕਾਲ ਆਨ ਦੀ ਹੈ ਸੱਚੀ ਕਾ ਕੋਲਰ ਸੱਚੀ ਕਾ ਬੇਟਾ ਜੀ ਆਸੇ ਸੱਚੀ ਕਾ ਕਿੰਦਾ ਜੀ ਸਾਰਿਆਂ ਦੇਖਣ ਸੁਣਨ ਆਲੇ ਨੇ ਮੈਂ ਇੰਡੀਆ ਜਾਣਾ ਕੀਤਾ ਸੀ ਉਹਦਾ ਨੰਬਰ ਰਹਿ ਕੇ ਪਟਿਆਲਾ ਸ਼ਹਿਰ ਦੇਖੂਗੀ ਤੇ ਉੱਥੇ ਵੀ ਸਾਵਾ ਜੀ ਤੁਸੀਂ ਬੜੀ ਚੰਗੀ ਆ ਅਦਾਨੀ ਆਵਾਣੀ ਦੇ ਰਹੇ ਆ ਰਿਹਾ ਉਹ ਟ ਜੋ ਕੁਝ ਹੋਇਆ ਇਹ ਸਾਡੇ ਆਪਣੇ ਕੀ ਕਹੀਏ ਸਾਡੇ ਪ੍ਰਧਾਨ ਸਾਹਿਬ ਦਾ ਇਤਨੀ ਮਿਹਰਬਾਨੀਆਂ ਹੋਣੀਆਂ ਉਹ ਦੀ ਜੀ ਤੇ ਕੀ ਕਰੀਏ ਮੈਂ ਨੰਬਰ ਜੀੁਰ ਮੈਂ ਨਜ਼ਰ ਆ ਰਹਾ ਜੀ ਜੀ ਮਿਸਿਸ ਗੋਸਾ ਜੀ ਆਫ ਦਿਅਰ ਮੇ ਤੁਹਾਨੂੰ ਨੰਬਰ ਲੈ ਰਹੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ much ਜੀ ਸੱਚੀ ਕਾ ਜੀ ਸੱਚੀ ਕਾ ਸੱਚ ਕਾ 9058131320 ਆ ਕਿਤਾ ਸਾਹਿਬ ਸਟੇਟ ਬੈਂਕ ਦੀ ਖਬਰ ਆ ਰਹੀ ਹੈ ਜੀ ਕੀ ਖਬਰ ਆ ਰਹੀ ਹੈ ਸਟੇਟ ਬੈਂਕ ਦੀ LIC ਨੂੰ ਲੈ ਕੇ ਉਹੀ ਗੱਲ ਆਪਣੀ ਪਹਿਲਾਂ ਜ਼ਿਕਰ ਕਰਤਾ ਆਪਾਂ ਨੇ ਉਹਦੇ ਵਿੱਚ ਨਾ ਜਿਹੜਾ ਕਿ 21000 ਅੱਛਾ ਅੱਛਾ ਠੀਕ ਹੈ ਉਹੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਆ 9058131320 ਨੌ ਸੁਪੰਜ 813 130 ਵੀ ਜੰਮੂ ਕਸ਼ਮੀਰ ਤੋਂ ਖਬਰ ਆ ਰਹੀ ਹੈ ਜੀ ਕੀ ਕਹਿਣਾ ਚਾਹੁੰਗੇ ਉਸ ਦੇ ਬਾਰੇ ਜੰਮੂ ਕਸ਼ਮੀਰ ਦੇ ਲੋਕ ਤਾਂ ਬੜੇ ਅੱਗੇ ਆ ਗਏ ਆ ਜੀ ਲੋਕ ਜਿਹੜੇ ਹੈਗੇ ਜੰਮੂ ਕਸ਼ਮੀਰ ਦੇ ਵਿੱਚ ਨਾ ਜੀ ਅ ਇੱਕ ਇਲਾਕਾ ਹੈਗਾ ਰਜ਼ੋਰੀ ਦੇ ਕੋਲੇ ਇੱਕ ਪਿੰਡ ਹੈਗਾ ਡਾਂਗਰੀ ਡਾਂਗਰੀ ਪਿੰਡ ਦੀ ਇੱਕ ਚੋਟੀ ਆ ਉੱਪਰ ਚੋਟੀ ਉਹ ਚੋਟੀ ਦੇ ਉੱਪਰ ਨਾ ਜੀ CRPF ਨੇ ਕਮਰੇ ਬਣਾ ਲਿਆ ਕਮਰੇ ਰਹਿਣ ਵਾਸਤੇ ਉਹ ਉੱਤੇ ਪੀੜ ਲੀਆਂ ਬੰਦੂਖਾਂ ਮਲਕ ਏਕ 56 ਵਰਗੀਆਂ ਵੱਡੀਆਂ ਬੰਦੂਖਾਂ ਜਿਹੜੀਆਂ ਹੈਗੀਆਂ ਉਹ ਪੀੜ ਲੀਆ ਉੱਥੇ ਉਹ ਇਸ ਪਿੰਡ ਦੇ ਵਿੱਚ ਹਿੰਦੂ ਬਹੁ ਰਹਿੰਦੇ ਆ ਤੇ ਇਸ ਪਿੰਡ ਦੇ ਵਿੱਚ ਪਹਿਲਾਂ ਬਹੁਤ ਸਾਰੇ ਹਿੰਦੂ ਮਾਰਦੇ ਸੀ ਅੱਤਵਾਦੀਆਂ ਤੇ ਹੋਇਆ ਕੀ ਕਿ ਹੁਣ ਵੀ ਧਮਕੀਆਂ ਆ ਰਹੇ ਨੇ ਹਿੰਦੂ ਨੂੰ ਮਾਰਨ ਦੀਆਂ ਤੇ ਫਿਰ ਰਜੌਈ ਦੇ ਇਸ ਜਿਹੜਾ ਡਾਂਗਰੀ ਪਿੰਡ ਹੈਗਾ ਇਹਦੇ ਉੱਪਰ ਕਮਰਾ ਪਾਲਾ ਤੇ ਇਸ ਪਿੰਡ ਦੇ ਵਿੱਚ ਜਦੋਂ ਪਹਿਲਾ ਬੰਦੇ ਮਾਰੇ ਸੀ ਨਾ ਹਿੰਦੂ ਤਾਂ ਆਤਮ ਰੱਖਿਆ ਕਰਨ ਵਾਸਤੇ 71 ਬੰਦੂਖਾਂ ਦਿੱਤੀਆਂ ਸੀਆਂ ਲੋਕਾਂ ਨੂੰ ਸਰਕਾਰ ਲੋਕ ਸਰਕਾਰ ਨੇ ਉਹ ਬੰਦੂਖਾਂ ਦੇ ਕੋਹਾਂ ਪਜੇ ਸੀਗੀਆਂ ਰੱਖਿਆ ਪਏ ਸੀਗੀਆਂ ਉਹ ਬੰਦੂਖਾਂ ਵੀ ਲੋਕਾਂ ਨੇ ਕੱਢ ਲਈਆਂ ਫਿਰ ਕੱਲ ਕੱਢ ਕੇ ਉਹਨਾਂ ਨੇ ਕਿਹਾ ਕਿ ਅਸੀਂ ਅੱਤਵਾਦੀਆਂ ਦੇ ਨਾਲ ਹੁਣ ਮੁਕਾਬਲਾ ਕਰਾਂਗੇ ਇਹ ਜੰਮੂ ਕਸ਼ਮੀਰ ਦੀ ਖਬਰ ਹੈਗੀ ਆ ਜੰਮੂ ਕਸ਼ਮੀਰ ਵਿੱਚ ਅੱਤਵਾਦ ਦਾ ਬਹੁਤ ਜ਼ੋਰ ਮੁਰ ਕੇ ਫੇਰ ਆ ਗਿਆ ਤੇ ਕਿਉਂਕਿ ਚੋਣਾ ਦੀ ਤਰੀਕਾਂ ਨੇੜੇ ਆਉਣ ਰੇ ਚੋਣਾ ਦਾ ਸਮਾਂ ਨੇੜੇ ਆ ਰਿਹਾ ਉੱਥੇ ਇਸ ਕਰਕੇ ਅਤਵਾਦ ਜਿਹੜਾ ਉੱਥੇ ਕਾਫੀ ਭੜਕ ਰਿਹਾ ਅਰਸ ਜੀ ਜੀ 9058131320958131320 ਵੀ ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ ਲਾਈਨਾਂ ਅਸੀਂ ਓਪਨ ਕਰ ਚੁੱਕੇ ਆ ਪਾਕਿਸਤਾਨ ਪ੍ਰਧਾਨ ਮੰਤਰੀ ਸ਼ੇਬਾਜ਼ ਸ਼ਰੀਫ ਦਾ ਦਰਦ ਕੀ ਖਬਰ ਆ ਰਹੀ ਹੈ ਜੀ ਦਰਦ ਇਹ ਆ ਜੀ ਕਿ ਇਹਨਾਂ ਨੇ ਨਾ ਕੱਲ ਇੱਕ ਟੀਵੀ ਚੈਨਲ ਦੇ ਵਿੱਚ ਗੱਲ ਆਖੀ ਆ ਦਰਦ ਬੜਾ ਮਨੂ ਤਾਂ ਉਹਦਾ ਚਿਹਰਾ ਦੇਖ ਕੇ ਬੜਾ ਔਖਾ ਲੱਗ ਰਿਹਾ ਸੀ ਕਿ ਬੇਸ਼ੱਕ ਸਾਡਾ ਗਵੰਡੀਅਮ ਮੁਲਕ ਹੈ ਤੇ ਸਾਨੂੰ ਸਿਆਸਤ ਕਹਿੰਦੀ ਆ ਕਿ ਸਾਡਾ ਦੁਸ਼ਮਣ ਮੁਲਕ ਆ ਹੋ ਤੇ ਉਹ ਇੱਕ ਨਾ ਇੰਟਰਨੈਸ਼ਨਲ ਮਾਨੀਟਰੀ ਫੰਡ ਹੁੰਦਾ ਜੀ ਤੇ ਆਈ ਐਮ ਐਫ ਉਸ ਉਹ ਦਿੰਦਾ ਜੀ ਕਰਜ਼ੇ ਦੇਸ਼ਾਂ ਨੂੰ ਜਿਹੜੇ ਕਿ ਦੇਸ਼ ਉਹ ਕਰਜ਼ਾ ਲੈ ਸਕਦੇ ਆ ਉਹ ਤੋਂ ਤੇ ਸਹਿਬਾ شریف ਕਹਿੰਦੇ ਆ ਵੀ ਮੈਂ ਇਹ ਉਸ ਤੋਂ ਸਾਨੂੰ ਕਰਜ਼ਾ ਦੇਣ ਵਾਸਤੇ ਹਮੇ ਭਰੀਆ ਉਹਨੇ 1.2 ਅਰਬ ਡਾਲਰ ਸਾਨੂੰ ਕਰਜਾ ਕਿਉਂਕਿ ਪਾਕਿਸਤਾਨ ਦੀ ਜਿਹੜੀ ਆਰਥਿਕਤਾ ਬਹੁਤ ਡੋਨ ਜਾ ਰਹੀ ਆ ਤੇ ਤਕਰੀਬਨ 3 ਅਰਬ ਡਾਲਰ ਦੇ ਕੋਲ ਹੀ ਉਹਨਾਂ ਕੋਲ ਰਹਿ ਗਈ ਹੈ ਜਿਹੜੀ ਕਿ ਉਹ ਖਰਚ ਨਹੀਂ ਸਕਦੇ ਉਹ ਅੰਤਰਰਾਸ਼ਟਰੀ ਜਿਹੜਾ ਕਿ ਦੇਣੀ ਹੁੰਦੀਆਂ ਨੇ ਪੂੰਦੀਆਂ ਹੁੰਦੀਆਂ ਨੇ ਉਹ ਤਾਂ ਰੱਖਣਾ ਪੈਣਾ ਉਹਨਾਂ ਦੇਸ਼ ਦੇ ਵਿੱਚ ਤੇ ਇਸ ਕਰਕੇ ਉਹਨਾਂ ਬਾਹਰੋਂ ਪੈਸਾ ਲੈਣਾ ਪੈਣਾ ਕਰਜ਼ਾ ਲੈਣਾ ਪੈਣਾ ਸੀ ਮਜਬੂਰੀ ਸੀ ਸਹਿਬਾਦ ਸ਼ਰੀਫ ਨੇ ਕਿਹਾ ਮੈਂ ਕਰਜ਼ਾ ਤਾਂ ਲੈ ਰਿਹਾ ਇਹ ਪਰ ਬਹੁਤ ਜਿਆਦੇ ਸਖਤ ਤੇ ਖਤਰਨਾਕ ਸ਼ਰਤਾਂ ਨੇ ਜਿਹੜੀਆਂ ਇਹ ਇਸ ਦੀਆਂ IMF ਦੀਆਂ ਮਨਮਜਬੂਰੀ ਲੈਣਾ ਪੈ ਰਿਹਾ ਇਹ ਕਰਜ਼ਾ ਲੈਣਾ ਪੈਣਾ ਸਰਨਾ ਲਿਗਾ ਪਰ ਸ਼ਰਤਾਂ ਬਹੁਤ ਜ਼ਿਆਦੇ ਨੇ ਦੱਸ ਦਈਏ ਕਿ ਭਾਰਤੀ ਮੈਂ ਤਾਂ ਗੱਲ ਵੀ ਕਿਹਦੀ ਗੱਲ ਭਾਰਤੀ ਰੁਪਏ ਦੇ ਮੁਕਾਬਲ ਜੇ ਆਪਾ ਪਾਕਿਸਤਾਨ ਦੇ ਰੁਪਏ ਦਾ ਕਰਦੇ ਆ ਨਾ ਆਪਸ ਚ ਮੇਲ ਤੇ 2.2 ਰੁਪਏ 75 ਪੈਸੇ ਦਾ ਭਾਰਤ ਦਾ 1 ਰੁਪਇਆ ਹੋ ਗਿਆ ਪਾਕਿਸਤਾਨੀ 2 ਰੁਪਏ 75 ਪੈਸੇ ਤੇ ਉੱਥੇ ਗਰੀਬੀ ਬਹੁਤ ਜ਼ਿਆਦੇ ਇਸਾਂ ਆ ਚੁੱਕੀ ਆ 27% ਦੇ ਕਰੀਬ ਮਹਿੰਗਾਈ ਹੋ ਚੁਕੀਅਤ ਹੈ ਜੀ 9058131320 sgpc ਦਾ ਵਫਾਦ ਮਿਲਿਆ ਘਟ ਗਿਣਤੀ ਕਮਿਸ਼ਨ ਨੂੰ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਕੀ ਖਬਰ ਆ ਰਹੀ ਹੈ ਕਿ ਸਭ ਅਸਰਚਨਾ ਅਰਥ ਜੀ ਜਿਹੜਾ ਨਾ ਹੁਣ ਕੇਂਦਰ ਸਰਕਾਰ ਨੇ ਇੱਕ ਨਵਾਂ ਜਿਹਾ ਪੰਗਾ ਛੜਿਆ ਹੋਇਆ ਉਹ ਕਹਿੰਦੇ ਆ ਕਿ ਜਿਹੜੇ ਕਿ ਸਿੱਖ ਹੈਗੇ ਆ ਫੌਜ ਦੇ ਵਿੱਚ ਉਹਨਾਂ ਦੇ ਪਗੜੀ ਦੇ ਉੱਪਰ ਇੱਕ ਲੋ ਟੋਪ ਜਿਹਨੂੰ ਆਪਾਂ ਹੈਲਮਟ ਕਹਿੰਦੇ ਆ ਉਹ ਪਹਿਨਾ ਜਾਏਗਾ ਉਹ 12000 ਤੋਂ ਵੱਧ ਹੈਲਮਟ ਦੇ ਆਰਡਰ ਵੀ ਕਰਤੇ ਉਹਨਾਂ ਨੇ ਹੈਲਮਟ ਕਹਿੰਦੇ ਬੜਾ ਹਾਈ ਫਾਈ ਬਣਾਇਆ ਗਿਆ ਉਹਨਾਂ ਨੇ ਬੜਾ ਟੈਕਨਿਕ ਤੌਰ ਤੇ ਅੱਛਾ ਬਣਾਇਆ ਗਿਆ ਤੇ ਉਸ ਹੈਲਮਟ ਦੇ ਵਿਰੁੱਧ ਵਿੱਚ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੀ ਆ ਇਕਬਾਲ ਸਿੰਘ ਲਾਲਪੁਰਾ ਉਹੀ ਆ ਜਿਹਦੇ ਉੱਪਰ ਸ਼੍ਰੋਮਣੀ ਕਮੇਟੀ ਨੇ ਇਲਜ਼ਾਮ ਲਗਾਏ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਦੇ ਵਿੱਚ ਲਾਲਪੁਰਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਫੋਨ ਕਰ ਰਿਹਾ ਆ ਕਿ ਤੁਸੀਂ ਬੋਰਡ ਜ਼ਗੀਰ ਕੌਰ ਨੂੰ ਪਾਓ ਉਹ ਜਿਹੜਾ ਅਸੀਂ ਉੱਥੇ ਹੀ ਗੁਰਚਰਨ ਸਿੰਘ ਗਰੇਵਾਲ ਹੁਣ ਹੀ ਗਏ ਆ ਲਾਲਪੁਰਾ ਸਾਹਿਬ ਕੋਲੇ ਉਹਨੇ ਕਿਹਾ ਕਿ ਲੋਹ ਟੋਪ ਜਿਹੜਾ ਹੈਗਾ ਸਿੱਖਾਂ ਦਾ ਕਦੇ ਵੀ ਉਹਨਾਂ ਦੀ ਵਰਦੀ ਦਾ ਹਿੱਸਾ ਨਹੀਂ ਬਣਿਆ ਵਿਸ਼ਭ ਜੰਗ ਹੋਈ ਆ ਉਸ ਵੇਲੇ ਵੀ ਕਿਹਾ ਗਿਆ ਸੀ ਲੋਹ ਟੋਪ ਪਾ ਲੋ ਪਰ ਸਿੱਖਾਂ ਨੇ ਕਿਹਾ ਸੀਗਾ ਸਾਡਾ ਮਰਨਾ ਮਨਜ਼ੂਰ ਹੈ ਪਰ ਲੋਹ ਟੋਪ ਨਹੀਂ ਪਾਵਾਂਗੇ ਅਸੀਂ ਇੱਕ ਕੋਈ ਪੰਜ ਸੱਤ ਗੱਜ ਦਾ ਟੁਕੜਾ ਨਹੀਂ ਹੈਗਾ ਪਗੜੀ ਦਾ ਜਿਹੜਾ ਤੁਸੀਂ ਕਪੜਾ ਕਹਿੰਦੇ ਹੋ ਇਹ ਅਸਲ ਵਿੱਚ ਸਿੱਖਾਂ ਦਾ ਮਾਨ ਸਤਕਾਰ ਹੈ ਹਮਮ ਪਰ ਤੁਹਾਨੂੰ ਚਾਹੀਦਾ ਇਹ ਕੇਂਦਰ ਸਰਕਾਰ ਕੋਲੇ ਜਾਓ ਤੇ ਉਸ ਨੂੰ ਰੋਕੋ ਇਹ ਅਸੀਂ ਦੰਦ ਕਰਦੇ ਆ ਲੋ ਟੋਪ ਨਹੀਂ ਪਹਿਨਣ ਦੇਵਾਂਗੇ ਅਸੀਂ ਫੌਜੀਾਂ ਇਸ ਸੰਦਰਭ ਦੇ ਵਿੱਚ ਤੇ ਭਾਵੇਂ ਕਿ ਲਾਲਪੁਰਾ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਤੇ ਬਸ ਤਾਂ ਬੀਜੇਪੀ ਚ ਬੈਠੇ ਨੇ ਕਬਾਲ ਸਿੰਘ ਲਾਲਪੁਰਾ ਪਗੜੀ ਧਾਰੀ ਨੇ ਹਰਦੀਪ ਪੂਰੀ ਪਗੜੀ ਧਾਰੀ ਨੇ ਉਹਨਾਂ ਨੂੰ ਪਗੜੀ ਜਦਾ ਉਹ ਕੱਪੜਾ ਸਮਝਦੇ ਆ ਪਗੜੀ ਨੂੰ ਜਾਂ ਫਿਰ ਉਹਨਾਂ ਨੂੰ ਸਮਝ ਨਹੀਂ ਆਏਗੀ ਜਾਂ ਫਿਰ ਉਹ ਬੀਜੇਪੀ ਦੇ ਇਹਨੇ ਗੁਲਾਮ ਹੋ ਚੁੱਕੇ ਨੇ ਕਿ ਉਹ ਸਿੱਖਾਂ ਦੀ ਜਿਹੜੀ ਫੌਜ ਦੇ ਵਿੱਚ ਪਹਿਚਾਨ ਹੈਗੀ ਆ ਉਹਨੂੰ ਖਤਮ ਕਰਨਾ ਚਾਹੁੰਦੇ ਆ ਸਿੱਖਾਂ ਦੀ ਇੱਕ ਪਹਿਚਾਨ ਹੈਗੀ ਆ ਫੌਜ ਦੇ ਵਿੱਚ ਪਗੜੀ ਨਾਲ ਉਹਨੂੰ ਖਤਮ ਕਰਨਾ ਚਾਹੁੰਦੇ ਆ ਤੇ ਇਹ ਇਹ ਸਮਝਣੇ ਗੱਲ ਦਾ ਜੀ ਕੀ ਫੈਸਲਾ ਹੋਇਆ ਕੀ ਫੈਸਲਾ ਆਉਣਾ ਪਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵਿਰੋਧਤਾ ਪ੍ਰਟਾਈ ਹੈ ਜੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੋ ਜੋ ਜੋਹਲ ਵੱਲੋਂ ਕੇਜਰੀਵਾਲ ਤੇ ਕੀਤਾ ਮਾਨ ਹਾਨੀ ਦਾ ਕੇਸ ਦਰਜ ਅਗੀ ਦਾ ਸਾਹਿਬ ਕੀ ਖਬਰ ਆ ਰਹੀ ਇਸ ਦੀ ਹਾਂ ਉਹ ਖਾਜ ਕਰਤਾ ਗਿਆ ਅਸਲ ਚਾਹੇ ਕੇਜਰੀਵਾਲ ਸਾਹਿਬ ਨੇ ਜੋ ਜੋ ਜਦੋਂ ਮਨਪ੍ਰੀਤ ਬਾਦਲ ਵਿਤਮੰਤਰੀ ਸੀਗਾ ਨਾ ਪੰਜਾਬ ਦਾ ਜੋ ਜੋ ਜਿਹਨੇ ਉਹ ਮਨਪ੍ਰੀਤ ਬਾਦਲ ਦੇ ਇਲਾਜ਼ ਨੇ ਬ੍ਰਦਰ ਲਾਲ ਨੇ ਤੇ ਉਹਨਾਂ ਦੇ ਉੱਪਰ ਇਲਜ਼ਾਮ ਲਾਏ ਸੀ ਕਿ ਬਠਿੰਡੇ ਦੇ ਲੋਕਾਂ ਨੂੰ ਜੋ ਜੋ ਟੈਕਸ ਦੇਣਾ ਪੈਂਦਾ ਕੰਮ ਕਰਾਉਣ ਵਾਸਤੇ ਜੋ ਜੋ ਟੈਕਸ ਉਹ ਜੋ ਜੋ ਟੈਕਸ ਦਾ ਇਲਜ਼ਾਮ ਜਦੋਂ ਲਾਇਆ ਕੇਜਰੀਵਾਲ ਸਾਹਿਬ ਨੇ ਤਾਂ ਜੋ ਜੋ ਜੋਹਲ ਹੋਰਾਂ ਨੇ ਉਹਨਾਂ ਦੇ ਉੱਪਰ ਮਾਨ ਹਾਨੀ ਦਾ ਕੇਸ ਦਾਇਰ ਕੀਤਾ ਸੀ ਜੀ ਤਾਂ ਉਹ ਕੇਸ ਇਹ ਚੱਲ ਰਿਹਾ ਸੀਗਾ ਤੇ ਆਪਣੇ ਪੱਖ ਨਹੀਂ ਰੱਖ ਸਕੇ ਪੂਰਾ ਉਹ ਜੋ ਜੋ ਜੋਲ ਪੂਤਰ ਸਬੂਤ ਨਹੀਂ ਦੇ ਸਕੇ ਇਸ ਕਰਕੇ ਮਾਨਯੋਗ ਅਦਾਲਤ ਨੇ ਉਹ ਕੇਸ ਖਾਰਜ ਕਰ ਦਿੱਤਾ ਜੀ 9058131320 ਰਾਜਪਾਲ ਸਾਹ ਦੀ ਗੱਲਬਾਤ ਕਰੀ ਤੇ ਭਾਜਪਾ ਪ੍ਰਧਾਨ ਅਸ਼wini ਸ਼ਰਮਾ ਤੇ ਅਮਨ अरोड़ा ਦੀ ਆਲੋਚਨਾ ਕੀਤੀ ਗਈ ਕੀ ਖਬਰ ਆ ਰਹੀ ਹੈ ਇਸ ਦੀ ਅਸ਼wini ਸ਼ਰਮਾ ਨੇ ਕਿਹਾ ਕਿ ਅਸਲ ਤੇ ਨਾ ਰਾਜਪਾਲ ਸਾਹਿਬ ਜਿਹੜੇ ਹੈਗੇ ਹਨ ਜੀ ਉਹ ਬਾਰਡਰ ਏਰੀਏ ਦੇ ਪਿੰਡਾਂ ਵਿੱਚ ਜਾ ਕੇ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨਸ਼ਾ ਪਹੁੰਚਾਉਣ ਜ਼ਿੰਮੇਵਾਰ ਆ ਪੰਜਾਬ ਸਰਕਾਰ ਜ਼ਿੰਮੇਵਾਰ ਸਾਰੇ ਕੰਮ ਖਰਾਬ ਹੋ ਰਿਹਾ ਪੰਜਾਬ ਦੇ ਵਿੱਚ ਉਹ ਇਹੋ ਜਿਹੇ ਬਿਆਨ ਦੇ ਰਿਹਾ ਅਮਨਦਰੂਣਾ ਨੇ ਕਿਹਾ ਸੀਗਾ ਜੀ ਕਿ ਰਾਜਪਾਲ ਸਾਹਿਬ ਪੈਰਲ ਸਰਕਾਰ ਚਦਾਰੇ ਨੇ ਪੰਜਾਬ ਦੇ ਵਿੱਚ ਗਲਤ ਕਰ ਰਹੇ ਨੇ ਅਸ਼ਵੀਨੀ ਸ਼ਰਮਾ ਨੇ ਕਿਹਾ ਕਿ ਉਹ ਸੰਵਿਧਾਨਕ ਹੈੱਡ ਹੈਗੇ ਨੇ ਸਟੇਟ ਦੇ ਉਹਨਾਂ ਨੂੰ ਪਿੰਡਾਂ ਵਿੱਚ ਜਾਣ ਦਾ ਅਧਿਕਾਰ ਹੈ ਇਹ ਗਲਤਾ ਹੋਊਗੀ ਦੋਮਾ ਦੀ ਪਰ ਚੰਦੂ ਮਾਜਰਾ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਆਇਆ ਸਾਬਕਾ ਮੈਂਬਰ ਪਾਰਲੀਮੈਂਟ ਵੀ ਹੈਗੇ ਤੇ ਮੰਤਰੀ ਵੀ ਰਹੇ ਨੇ ਉਹ ਉਨ ਦਾ ਬਿਆਨ ਆਇਆ ਜਿਹੜਾ ਕਿ ਭਾਜਪਾ ਦੇ ਨਾਲ ਭਾਈਵਾਲ ਵੀ ਸੀਗੇ ਉਹ ਕਹਿੰਦੇ ਆ ਕਿ ਰਾਜਪਾਲ ਸਾਹਿਬ ਦਾ ਬਾਰਡਰ ਸਟੇਟ ਦੇ ਪਿੰਡਾਂ ਦੇ ਵਿੱਚ ਜਾਣਾ ਬਾਰਡਰ ਦੇ ਪਿੰਡਾਂ ਵਿੱਚ ਜਾਣਾ ਪੰਜਾਬ ਦੇ ਸੂਬੇ ਦੇ ਸੰਗੀਟਾਂਚੇ ਉੱਤੇ ਅਟੈਕ ਹੈਗਾ ਖਤਰਾ ਹੈਗਾ ਪੰਜਾਬ ਦੇ ਸੰਗੀਟਾਂਚੇ ਨੂੰ ਰਾਜਪਾਲ ਸਾਹਿਬ ਗਲਤ ਕੰਮ ਕਰ ਰਹੇ ਨੇ ਇਹ ਭਾਵੇਂ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਹੈਗੀ ਆ ਉਹਨੇ ਇਹ ਗੱਲ ਕਹੀ ਆ ਰਾਜਪਾਲ ਸਾਹਿਬ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਦੀਆਂ ਕਮੀਆਂ ਹੋਣਗੀਆਂ ਉਹ ਕਮੀਆਂ ਟਾਗਰ ਕਰਨ ਵਾਸਤੇ ਉਹਨਾਂ ਕਮੀਆਂ ਦੇ ਕਰਕੇ ਰਾਜਪਾਲ ਸਾਹਿਬ ਪਿੰਡਾਂ ਵਿੱਚ ਜਾ ਰਹੇ ਨੇ ਉਹ ਸੰਗੀ ਢਾਂਚੇ ਉੱਤੇ ਖਤਰਾ ਹੈਗਾ ਉਹ ਨਹੀਂ ਜਾ ਸਕਦੇ ਜੀ 9058131320 ਸਨ ਦੇਖ ਰਹੇ ਪ੍ਰੋਗਰਾਮ ਅਰੰਗਲਾ ਪੰਜਾਬ ਬਠਿੰਡਾ ਵਿੱਚ ਦੁਕਾਨਦਾਰ ਤੇ ਲੋਕਾਂ ਵੱਲੋਂ ਪੁਲਿਸ ਖਿਲਾਫ ਪ੍ਰਦਰਸ਼ਨ ਕੀ ਕਹਿਣਾ ਚਾਹੋਗੇ ਜੀ ਸਾਹਿਬ ਬਠਿੰਡਾ ਦੇ ਵਿੱਚ ਨਾ ਜੀ ਅਸਲ ਵਿੱਚ ਚੋਰੀ ਦੀਆਂ ਵਾਰਦਾਤਾਂ ਅਰਸ਼ ਜੀ ਹੂੰ ਬਠਿੰਡਾ ਗੈਰ ਕਾਨੂੰਨੀ ਕੰਮ ਪਿੰਡਾਂ ਵਿੱਚ ਨਿਯਮ ਦਾ ਕੰਮ ਬਠਿੰਡਾ ਬੱਚ ਨਚਤਾਰ ਬਹੁਤ ਕੁਝ ਚੱਲ ਰਿਹਾ ਲੋਕ ਬੜੇ ਦੁਖੀ ਨੇ ਬੜੇ ਪਰੇਸ਼ਾਨ ਨੇ ਲੋਕਾਂ ਨੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਬਠਿੰਡੇ ਦੀ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜੀ ਉਹ ਕਹਿੰਦੇ ਪੁਲਿਸ ਨਹੀਂ ਸੰਭਾਲ پا ਰਹੀ ਪੁਲਿਸ ਨਹੀਂ ਸੰਭਾਲ پا ਰਹੀ ਪੁਲਿਸ ਨੂੰ ਪਤਾ ਹੈ ਕਿ ਕਿਹੜਾ ਗੈਂਗਸਟਰ ਹੈਗਾ ਕਿਹੜੇ ਚੋਰ ਨੇ ਠੱਗ ਕਿਹੜੇ ਨੇ ਨਸ਼ਾ ਤਸਕਰ ਕਿਹੜੇ ਨੇ ਪੁਲਿਸ ਤੁਹਾਨੂੰ ਫੜ ਨਹੀਂ ਰਹੀ ਸੰਭਾਲ ਨਹੀਂ پا ਰਹੀ ਇਹ ਸਾਰੀ ਜ਼ਿੰਮੇਵਾਰ ਪੁਲਿਸ ਹੈਗੀ ਆ ਪੁਲਿਸ ਦੇ ਖਿਲਾਫ ਕੱਲ ਪ੍ਰਦਰਸ਼ਨ ਕੀਤਾ ਬਠਿੰਡੇ ਵਿੱਚ ਜੀ ਆ ਲਾਸਟ ਖਬਰ ਫਿਰ ਵਾਈਂਡ ਅਪ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀਸੀ ਤੇ ਐਸਐਸਪੀ ਨਾਲ ਮੀਟਿੰਗ ਕੀਤੀ ਗਈ ਜੀ ਸਾਬ ਕੀ ਕਹਿਣਾ ਚਾਹੋਗੇ ਹਾਂਜੀ ਕੱਲ ਜਿਹੜੀ ਮੀਟਿੰਗ ਹੋਈ ਨਾ ਜੀ ਮੁੱਖ ਮੰਤਰੀ ਵੱਲੋਂ ਡੀਸੀ ਤੇ ਐਸਐਸਪੀ ਨਾਲ ਨਾ ਜੀ ਡਿਸਟ੍ਰਿਕਟ ਹੈੱਡ ਹੁੰਦੇ ਆ ਇੱਕ ਪ੍ਰਸ਼ਾਸਨਿਕ ਹੈੱਡ ਹੁੰਦਾ ਇੱਕ ਪੁਲਿਸ ਦਾ ਹੈੱਡ ਹੁੰਦਾ ਹੂੰ ਤੇ ਇਹਨਾਂ ਇਹਨਾਂ ਦੇ ਸਾਰਾ ਜਾਇਜ਼ਾ ਲਿਆ ਕੇ ਪੰਜਾਬ ਦੀ ਖਬਰਾਂ ਆ ਰਹੀਆਂ ਨੇ ਕਿ ਨਸ਼ਾ ਬਹੁਤ ਚੱਲ ਰਿਹਾ ਹੈ ਵਿਕਰੇ ਜੀ 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 ਉਹ ਤੁਸੀਂ ਕਿਉਂ ਨਹੀਂ ਉਹ ਕਿਉਂ ਨਹੀਂ ਰੋਕ ਪਾਰ ਹੈ ਪੰਜਾਬ ਚ ਖਬਰਾਂ ਆ ਰਹੀਆਂ ਨੇ ਕਿ ਗੈਂਗਸਟਰ ਬਾਦ ਬਹੁਤ ਜ਼ਿਆਦਾ ਵੱਧ ਰਹੇ ਆ। ਆਪਾਂ ਕਿਉਂ ਨਹੀਂ ਰੋਕ ਪਾ ਰਹੇ ਗੈਂਗਸਟਰ ਬਾਦ ਨੂੰ? ਠੀਕ। ਉਹ ਸਾਰੇ ਜਾਇਦਾ ਲਿਆ ਮੁੱਖ ਮੰਤਰੀ ਸਾਹਿਬ ਨੇ ਅਤੇ ਸਖਤ ਕੀਤਾ ਕੰਮ ਕਿ ਤੁਸੀਂ ਇਸ ਨੂੰ ਸਖਤੀ ਨਾਲ ਜਿੱਠੋ। ਕੋਈ ਬੰਦਾ ਵੀ ਨਸ਼ਾ ਕਰਦਾ ਉਹਨੂੰ ਬਖਸ਼ੋ ਨਾ। ਕੋਈ ਬੰਦਾ ਵੀ ਨਸ਼ੇ ਦੇ ਨਾਲ ਪ੍ਰਾਪਰਟੀ ਬਣਾ ਰਿਹਾ ਪ੍ਰਾਪਰਟੀ ਅਟੈਚ ਕਰੋ ਤੇ ਪ੍ਰਾਪਰਟੀ ਨੂੰ ਨਿਲਾਮ ਕਰੋ ਉਹਦੀ ਨੂੰ। ਕੋਈ ਬੰਦਾ ਵੀ ਨਸ਼ੇ ਤਸਕਰ ਬਚ ਨਾ ਜਾਵੇ ਪੰਜਾਬ ਦਾ ਕਲੇਹੀ ਹਦਫਾਨ ਕੀਤੇ ਜਾਣਾ ਚਾਹੀਦਾ। ਜੀ ਅਕੀਦਾ ਸਾਹਿਬ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਵਾਸਤੇ ਤੁਸੀਂ ਹੁਣ ਕਰੋ ਇੰਜੋਏ ਆਪਣਾ ਵੀਕਐਂਡ ਤੇ ਇੱਥੇ ਅਕੀਦਾ ਸਾਹਿਬ ਜੇ ਮੈਂ ਝੂਠ ਨਹੀਂ ਬੋਲਦਾ -50 ਤੱਕ ਦੀ ਕਹਿੰਦੇ ਕਿ ਠੰਡ ਸਾਨੂੰ ਨਜ਼ਰ ਆ ਸਕਦੀ ਹੈ -50 ਕਿਹੇ ਇਲਾਕੇ ਦੇ ਵਿੱਚ ਹਾਂ ਅਰੇ 50 ਬਲੇ ਬਲੇ ਤਾਂ ਬਹੁਤ ਇਹਦਾ ਬੰਦਾ ਬਾਹਰ ਖੜਾ ਜੰਮ ਜਾਊਗਾ ਫਿਰ ਤਾਂ ਬਾਬਾ ਉਹ ਕਹਿ ਰਹੇ ਆ ਜੀ ਕਹਿੰਦੇ ਬਾਹਰ ਨਾ ਜਾਓ ਨਹੀਂ ਤਾਂ ਅਸੀਂ ਕਹਿੰਦੇ ਕਿ ਕਹੋ ਉਹ ਬਨਜੂਗੇ ਆਈਸ ਆਈਸ ਬਨਜੂਗੇ ਅਇਸੇ ਤੁਹਾਡਾ ਕੋਈ ਕੰਮ ਜਾਣਾ ਫਿਰਦਾ ਜੀ 50 ਦਾ ਬਹੁਤ ਜ਼ਿਆਦਾ ਡਾਊਨ ਕੀਤੇ ਕਈ ਜਗ੍ਹਾ ਤੇ ਉੱਤੇ ਹਾਂ ਕਿਤਾ 30 ਤੋਂ ਲੈ ਕੇ -30 ਤੱਕ ਲਾਈਕ ਅੱਜ ਤਾਂ -30 ਤੱਕ ਹਿੱਟ ਵੀ ਕੀਤਾ ਜੀ -30 ਤੋਂ ਲੈ ਕੇ -50 ਤੱਕ ਇਹ ਇਲਾਕਿਆਂ ਦੇ ਵਿੱਚ ਅ ਨਜ਼ਰ ਆ ਰਹੀ ਹੈ ਜੀ ਅੱਜ ਦੀ ਠੰਡ ਸੋ ਤੁਸੀਂ ਤਾਂ ਇੰਜੋਏ ਕਰੋ ਆਪਣੀ ਮੱਠੀ ਮੱਠੀ ਠੰਡ ਦੇ ਜਿਹੜੇ ਬੰਦੇ ਦਾ ਪੀਂਦੇ ਪੁੰਦੇ ਹੈਗੇ ਆ ਲਾ ਲੈਂਦੇ ਆ ਉਹਦਾ 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 ਬਰਾਂਡੀ ਬਰਾਂਡੀ ਲੈ ਲੈਂਦਾ ਕਰਮ ਪਾਣੀ ਚ ਪਾ ਕੇ ਅੱਛਾ ਗੱਲਾਂ اچھی ਬਣਾੜੀ ਅੱਛੀ ਹੁੰਦੇ ਜਿਹੜੇ ਬੰਦੇ ਨਹੀਂ ਖਾਂ ਕਾ ਪਿੰਦੇ ਬੀਬੀਆਂ ਪੈਣਾ ਦੇ ਨਹੀਂ ਖਾਂਦੇ ਪਿੰਦੇ ਉਹ ਜੀ ਗੱਲ ਨਹੀਂ ਕਰਦੇ ਉਹਨਾਂ ਨੂੰ ਚਾਹੀਦਾ ਕਿ ਉਹ ਗਲੋ ਪਾ ਕੇ ਵਿੱਚ ਜਮੈਣ ਪਾ ਕੇ ਵਿੱਚ ਤੁਲਸੀ ਪਾ ਕੇ ਤੇ ਵਿੱਚ ਇਦਾਂ ਦੇ ਪੱਤੇ ਪੁੱਤੇ ਪਾ ਕੇ ਤੇ ਕਾੜਾ ਕਰਕੇ ਪੀਣ ਹੋ ਲਾਜ਼ਮੀ ਦੋ ਟਾਈਮ ਜੀ ਹਨ ਤੋਂ ਰਾਤ ਮਿਲੇ ਜਮ ਤੋਂ ਰਾਤ ਮਿਲੇ ਆਵਾਂਗੇ ਪਟਿਆਲੇ ਸ਼ਹਿਰ ਫਿਰ ਤੁਸੀਂ ਵੀ ਦਿਖਾਓ ਪੂਰਾ ਪਟਿਆਲਾ ਸ਼ਹਿਰੀ ਰੂਪ ਪਟਿਆਲਾ ਮੇਰਾ ਪਟਿਆਲਾ ਮੇਰਾ ਪਟਿਆਲੇ ਦੇ ਪ੍ਰੰਧ ਦੇ ਕੀ ਬਾਤ ਆ ਪਟਿਆਲੇ ਦੇ ਪਰਾਂਦੇ ਬੜੇ ਮਸ਼ਹੂਰ ਨੇ ਅਰਸ਼ ਜੀ ਪਟਿਆਲੇ ਦੇ ਨਾ ਮਲਕੇ ਨਾ ਵੱਡੇ ਵੱਡੇ ਐਕਟਰ ਜਿਹੜੇ ਤਰਮਿੰਦਰ ਦਾ ਪਿੱਛੇ ਦੇ ਨਾ ਉਹਦਾ ਮੇਰੇ ਕਹ ਕਿਸੇ ਰਿਸ਼ਤੇਦਾਰ ਦਾ ਵਿਆਹ ਸੀਗਾ ਉਹਦੇ ਰਿਸ਼ਤੇਦਾਰ ਦੇ ਜਿਹੜੇ ਮੁੰਡੇ ਦਾ ਵਿਆਹ ਸੀਗਾ ਨਾ ਜੀ ਉਹਦਾ ਸੇਹਰਾ ਪਟਿਆਲਿਓ ਬਣ ਕੇ ਗਿਆ ਸੀਗਾ। ਕਿਆ ਬਾਤ ਕਿਆ ਬਾਤ। ਤੇ ਇਰਾਨੇ ਦੇ ਬੜੇ ਵੱਡੇ ਵੱਡੇ ਲੋਕ ਮਲੇ ਸੇਹਰੇ ਪਟਿਆਲੇ ਬਹੁਤ ਕਮਾ ਸੇਹਰੇ ਦਾ ਵਪਾਰ ਬਹੁਤ ਕਮਾਦਾ। ਇੱਕ ਉੱਥੇ ਨਾ ਜਿਹੜਾ ਸੁਰਮਾ 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 ਪਤਾ ਨਹੀਂ ਉਹ ਕਿੱਥੋਂ ਆਉਂਦਾ ਉਹ ਸੁਰਮਾ ਪਟਿਆਲੇ ਦਾ ਬੜਾ ਮਸ਼ਹੂਰ ਹੈ ਜੀ ਸੁਰਮਾ ਵੀ ਸੁਰਮਾ ਕੀ ਬਾਤ ਹੈ ਅੱਜ ਕੱਲੇ ਘੱਟ ਪੈਂਦੇ ਆ ਪਰ ਸੁਰਮਾ ਦਲੀਆਂ ਉਹ ਸੁਰਮਾ ਪੰਜ ਰੱਤੀਆਂ ਪਾ ਕੇ ਮੋੜ ਤੇ ਖੜ ਗਈ ਉਹ ਪਟਿਆਲੇ ਦਾ ਸੁਰਮਾ ਪੰਜ ਰੱਤੀਆਂ ਪਾ ਕੇ ਮੋੜ ਤੇ ਖੜ ਗਈ ਤੇ ਮੈਂ ਆਪਣਾ ਪਟਿਆਲੇ ਦੇ ਪਰਾਂਦੇ ਪਟਿਆਲੇ ਦੇ ਜੇ ਤੁਸੀਂ ਸਮਾਨ ਲਓਗੇ ਵਿਆਹ ਸ਼ਾਦੀਆਂ ਵਾਲਾ ਪਟਿਆਲੇ ਦਾ ਕਮਾਲ ਹੈ ਜੀ ਹੂੰ ਪਟਿਆਲੇ ਦਾ ਮਤਲਬ ਤੇ ਉੱਥੇ ਮਤਲਬ ਅੱਛੇ ਅੱਛੇ ਅੱਛਾ ਗਹਿਣੇ ਦੇ ਬੜੇ ਮੁੰਨੇ ਹੈਗੇ ਆ ਹੈ ਕਿਆ ਬਾਤ ਹੈ ਕਿਉਂਕਿ ਗਹਿਣੇ ਦੇ ਨਮੂਨੇ ਨਾ ਜੀ ਅਸਰ ਸੁਨਿਆਰ ਅੱਜ ਵੀ ਹੈਗੇ ਜਿਹੜੇ ਮਹਾਰਾਜਾ ਦੇ ਨਾ ਮਹਿਲਾਂ ਵੀ ਜਾਂਦੇ ਸੀਗੇ ਉਹ ਗਹਿਣੇ ਬਣਾਉਣ ਵਾਸਤੇ ਐਦਾਂ ਨਹੀਂ ਸੀ ਹੁੰਦਾ ਕਿ ਮਹਾਰਾ ਉਹ ਗਹਿਣੇ ਆਪਣੇ ਘਰ ਬਣਾਉਂਦੇ ਸੀ ਸੁਨਿਆਰ ਨਹੀਂ ਸੁਨਿਆਰ ਮਹਾਰਾਣੀ ਕੋਲੇ ਆਉਂਦਾ ਸੀਗਾ ਉੱਥੇ ਬੈਠਦਾ ਸੀਗਾ ਤੇ ਉੱਥੇ ਉਹਦੇ ਕਾਰੀਗਰ ਆਉਂਦੇ ਸੀਗੇ ਤੇ ਉੱਥੇ ਬਹਿ ਕੇ ਗਹਿਣੇ ਕਾਰ ਕਰਦੇ ਸੀਗੇ ਤੇ ਗਹਿਣੇ ਦੇ ਨਮੂਨੇ ਬੜੇ ਕਮਾਲ ਦੇ ਸੀ ਹੁੰਦੇ ਸੀਗੇ ਉਹ ਅੱਜ ਵੀ ਅੱਜ ਵੀ ਹੈਗੇ ਨੇ ਅੱਜ ਵੀ ਹੈਗੇ ਨੇ ਉਹ ਸਾਡੇ ਕਾਲਰ ਨੇ ਜੀ ਅਸੀਂ ਲੈ ਲਿਆ ਫਟਾਫਟ ਆਨ ਦੀਰ ਕਾਲ ਸ਼ਾਇਦ ਕੁਝ ਕਹਿਣਾ ਚਾਹੋਗੇ ਸੱਚੇ ਕਾਲ ਜੀ ਕਾਲਰ ਸਤਿ ਸ਼੍ਰੀ ਅਕਾਲ ਭਾਜੀ ਜੀ ਪੰਜੀ ਸੀਤਾ ਫਲ ਵੀ ਮਸ਼ਹੂਰ ਹੈ ਪਟਿਆਲੇ ਦਾ ਕੀ ਮਸ਼ਹੂਰ ਹੈ ਸੀਤਾ ਫਲ ਜੀ ਸੀਤਾ ਫਲ ਸੀਤਾ ਉਹ ਪਟਿਆਲੇ ਦਾ ਮਸ਼ਹੂਰ ਨਾ ਉਹ ਫਲ ਮਸ ਜੀ ਕੁਚੀ ਕੁ ਕੀਪੂ ਤੂ ਤੂ ਦਿੱਤਾ ਬੜਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਾਲੇ ਦਾ ਇਹ ਸਿਦਾ ਪਟਿਆਲੇ ਦਾ ਅੰਬ ਅੰਬ ਪਟਿਆਲੇ ਵਿੱਚ ਅੰਬ ਦੀਆਂ ਨਸਲਾਂ ਦੇ 64 ਕਿਸਮਾਂ ਨੇ 64 ਅਰਸੀ ਛਾਟ ਕੀ ਬਈ ਜੇ ਨਾ ਕਿਸੇ ਨੇ ਮਲ ਕੇ ਅੰਬ ਲਾਉਣਾ ਹੋਵੇ ਕੈਨੇਡਾ ਵਿੱਚ ਆਪਣੇ ਘਰ ਦੇ ਵਿੱਚ ਹੂੰ ਛੋਟਾ ਬੂਟਾ ਅੰਬ ਬਹੁਤ ਲੱਗਦੇ ਨੇ ਛੋਟਾ ਬੂਟਾ ਹੁੰਦਾ ਉਹ ਅੰਬ ਬਹੁਤ ਲੱਗਦੇ ਨੇ 64 ਕਿਸਮਾਂ ਨੇ ਪਟਿਆਲੇ ਵਿੱਚ ਅੰਬਾਂ ਦੀਆਂ ਕੀ ਬੜਾ ਬਹੁਤ ਕਮਾਲ ਦੀ ਦਸਤਰੀਆ ਆਂਬਾਂ ਦੀ ਪਟਿਆਲੇ ਉਹ ਵੀ ਸਰਕਾਰੀ ਆ ਬੜੇ ਸਸਤੇ ਮਰਦ ਨਾਲੇ ਮਿਲਦੇ ਆ ਜੀ ਬੜੇ ਕਮਾਲ ਦੇ ਆ ਪਟਿਆਲਾ ਬੜਾ ਦੇਖੋ ਜੀ ਇੰਟਰਸਟਿੰਗ ਹੈਗਾ ਬੜਾ ਵਧੀਆ ਬੜਾ ਵਧੀਆ ਸ਼ਹਿਰ ਹੈ ਜੀ ਤਾਂ ਸ਼ਾਹੀ ਸ਼ਹਿਰ ਹੈ ਬਤੇ ਬਰਾਸਤ ਮੇਲਾ ਚੱਲ ਰਿਹਾ ਅੱਜਕੱਲ ਪਟਿਆਲੇ ਵਿੱਚ ਜੀ ਬਰਾਸਤ ਮੇਲਾ ਤੇ ਬਰਾਸਤ ਮੇਲੇ ਦੇ ਦੌਰਾਨ ਅੱਜ ਪਟਿਆਲੇ ਦੇ ਵਿੱਚ ਜਿਹੜੇ ਹਵਾਈ ਜਹਾਜ਼ ਹੈਗੇ ਆ ਉਹਨਾਂ ਉਹਨਾਂ ਦੇ ਮਾਡਲਾਂ ਨੂੰ ਪ੍ਰਦਰਸ਼ਿਤ ਕਰਨਗੇ ਅੱਜ ਬਰਾਸਤ ਮੇਲੇ ਵਿੱਚ ਕੀ ਪਟਿਆਲੇ ਦੀ ਬਰਾਸਤਾਈ ਜਾ ਰਹੀ ਜੀ ਬਿਲਕੁਲ ਆਲਰਾਇਟ ਕੀਦਾ ਸਾਹਿਬ ਬਹੁਤ ਬਹੁਤ ਧੰਨਵਾਦ ਟਾਈਮ ਦੇ ਲਈ ਇੰਜੋਏ ਕਰੋ ਆਪਣਾ ਵੀਕਐਂਡ ਸਤਿ ਸ਼੍ਰੀ ਅਕਾਲ ਜੀ ਮਿਲਦੇ ਮੰਡੇ ਨੂੰ ਫਿਰ ਧੰਨਵਾਦ ਧੰਨਵਾਦ ਸ਼ੁਕਰੀਆ ਜੀ ਸਾਰੇ ਸਰੋਤਾਂ ਦਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ much ਜੀ ਐਸ ਅੰਸੀ ਗੁਰਨਾਮ ਸਿੰਘ ਜੀ ਅਕੀਦਾ ਤੁਸੀਂ ਸੁਣਿਆ ਦੇਖਿਆ ਪ੍ਰੋਗਰਾਮ ਰੰਗਲਾ ਪੰਜਾਬ ਤੁਹਾਨੂੰ ਸ਼ੋਅ ਪਸੰਦ ਆ ਰਿਹਾ ਹੋਵੇਗਾ ਬਹੁਤ ਬਹੁਤ ਧੰਨਵਾਦ ਐਂਡ ਕੱਲੂ ਫੇਰ ਮੇਰੀਆਂ ਤੇ ਤੁਹਾਡੀਆਂ ਮੁਲਾਕਾਤਾਂ ਹੋਣਗੀਆਂ ਕਾਲ ਫਲੈਸ਼ ਕਰੇ ਨਹੀਂ ਸਾਨੂੰ ਟਾਈਮ ਆ ਗਿਆ ਨਹੀਂ ਦੇ ਰਿਹਾ ਜੀ ਚਲੋ ਫੜਾ ਫੜ ਲੈਣਾ ਨੇ ਕਾਲ ਆਨ ਦੇ ਕੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਹਾਂ ਜੀ ਥੈਂਕ ਯੂ ਕਿ ਮੇਰਾ ਕਾਲ ਲੈਣ ਲਈ ਓਨ ਦਿਅ ਜੀ ਮੈਂ ਨਾ ਉਹ ਨਾ ਵੀਚ ਨੇ ਅਮਰੀਕਨ ਕਿਤੀ ਸੀ ਅਗਾਰਡਿੰਗਲੀ ਉਹ ਸਿਕ ਫੋਰਸ ਦੇ ਹੈਲਮਟ ਦੇ ਰਿਲੇਟਡ ਜੀ ਜੋ ਬੀਟਿਕਲੀ ਦੇਖੋ ਚਲੋ ਠੀਕ ਆ ਉਹਨਾਂ ਦਾ ਜੋ ਗਵਰਨਮੈਂਟ ਦਾ ਰੀਜ਼ਨ ਹੋਣਾ ਕਿ ਇਸ ਕੋਲ ਮੋਰ ਪ੍ਰੋਟੈਕਸ਼ਨ ਹੈ ਸੋ ਆਮ ਸੋ ਪਰ ਵੈਸੇ ਤੇ ਜੇ ਦੇਖਿਆ ਜਾਵੇ ਪੁਰਾਣਾ ਪੁਰਾਣੀ ਦੱਬੇ ਕਿਤੇ ਜਿਹੜਾ ਪੁਰਾਣਾ ਜਿਹੜਾ ਤਦੋਂ ਪਹਿਲੋ ਕੋਈ ਹੈਲਮਟ ਜਦੋਂ ਡਿਵੈਲਪ ਹੀ ਨਹੀਂ ਹੋਈ ਸੀ ਜੋ ਬੜੀ ਨਹੀਂ ਸੀ ਜੀ ਉਦੋਂ ਆਪਾਂ ਹਮੇਸ਼ਾ ਆਪਣੇ ਪਰਪਲ ਨੂੰ ਫਿਰਛਲੀ ਤੇ ਜੀ ਜੀ ਬਿਲਕੁਲ ਪ੍ਰੋਟੈਕਸ਼ਨ ਰੱਖ ਦਿੰਦੇ ਸੀ ਇਨਸਰਟ ਕਰਦੇ ਸੀ ਕਿ ਇਹ ਸਾਡੇ ਲਈ ਇਹ ਹੀ ਸਭ ਤੋਂ ਪੋਟੈਂਸ਼ੀਅਲ ਸੀਲ ਸੀ ਬਿਲਕੁਲ ਪਰ ਲੇਕਿਨ ਜੇ ਤੁਸੀਂ ਟੈਂਪਲ ਕੋਲ ਲਾ ਵੀ ਉਹ ਜਿਹੜੇ ਨਹੀਂ ਹੈਲਮਟ ਦੇ ਹੱਕੇ 'ਚ ਉਹਨਾਂ ਤੋਂ ਪੇਪਰ ਸਾਈਨ ਕਰਾਉਣ ਵੇਵਰ ਸਾਈਨ ਕਰਾਉਣ ਕਿ ਓਕੇ ਤੇ ਤੁਹਾਡੇ ਡਰ ਦੇ ਵਿੱਚ ਕੋਈ ਫੱਜਦੀ ਆ ਤੁਸੀਂ ਉਸ ਕਰਕੇ ਸ਼ਹੀਦ ਹੋਨੇ ਹੋ ਤੁਸੀਂ ਆਲਰੇਡੀ ਵੇਵਰ ਸਾਈਨ ਕੀਤਾ ਤੁਸੀਂ ਤੁਸੀਂ ਡੀਟਾਈਕ ਬੱਜ ਸਕਦੀ ਸੀ ਤੁਸੀਂ ਪਰ ਤੁਸੀਂ ਨਾਲ ਕਿ ਸੀਰ ਹਲਮਟ ਨੂੰ ਐਨਪੀਐਨਓ ਰਿਵਰਸ 94 ਜਨਾ ਕਿ ਕੋਈ ਐਕਸ਼ਨ ਨਾ ਕੀਤਾ ਜਾਵੇ ਗਵਰਨਮੈਂਟ ਤੇ ਪਰ ਲੈਟਮ ਲੈਟਮ ਸਰਵ ਦਾ ਕੰਟਰੀ ਦਾ ਜੋ ਇਹ ਦੇ ਵਾਂਟ ਟੂ ਬਿਲਕੁਲ ਵੈਰੀ ਵਲ ਸੈਡ ਵੈਰੀ ਵਲ ਸੈਡ ਇਹ ਪੁਆਇੰਟ ਇਹ ਪੁਆਇੰਟ ਇਹ ਇਹ ਕਿ ਰੱਖਿਆ ਜਾ ਸਕਦਾ ਕਿ ਇੰਨੀ ਗਲ ਕਿਉਂ ਨਹੀਂ ਸਮਝ ਸਕਦੇ ਆਰਓ ਅੰਡਰਸਟੈਂਡ ਇਸ ਕੋਈ ਡੀਗਲ ਤਾਂ ਕੋਈ ਹੈ ਨਹੀਂ ਨਾ ਇਹ ਜੀ जी थैंक यू सो मच बहुत बहुत थाने तोडे विचार ऑन द या चल चुके थैंक यू जी जी कोई बात नहीं तोडे सुझाव दे थैंक यू सो मच बहुत बहुत धन्यवाद थैंक यू सो मच जी आपनो अपने विचार ने जी तुसी सुन रहे हो चावला न्यूज़ नेटवर्क टोरंटो सीएनएन टोरंटो